ਸਾਰੇ ਕਿਸਾਨ ਵੀਰਾਂ ਨੂੰ ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਕਿਸਾਨ ਵੀਰੋ, ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਨਾ ਤੁਹਾਡੇ ਲਈ, ਵੀਡੀਓ ਲੈ ਕੇ ਆਏ ਹਾਂ 855 ਪੁਰਾਣੀ ਸ਼ੋਅ ਵਾਲਾ, ਅਤੇ ਪਲਾਓ 'ਤੇ ਚੱਲਦਾ ਪਿਆ। ਆਹ ਵੇਖ ਲਓ ਸਿਸਟਮ, 5 ਪਲਾਓ ਪਾਏ ਦੇ ਆ ਮਗਰ, ਅਤੇ ਕਾਫੀ ਕਈ ਕਿਸਾਨ ਵੀਰਾਂ ਦੇ ਕਮੈਂਟ ਵੀ ਆਉਂਦੇ ਆ ਕਿ ਬਾਈ ਜੀ, ਜੇ ਕੋਈ ਪੁਰਾਣਾ ਹੈਗਾ, ਮੀਨਿੰਗ ਪੁਰਾਣਾ ਮੀਨਿੰਗ ਪੁਰਾਣੀ ਸ਼ੋਅ 'ਚ ਨਵਾਂ ਟਰੈਕਟਰ ਕੋਈ ਖੜ੍ਹਾ ਆ ਕਿਸੇ ਏਜੰਸੀ 'ਚ, ਤਾਂ ਦੱਸ ਦਿਓ। ਅਤੇ ਕਿਸਾਨ ਵੀਰੋ, ਹੁਣ ਮਹੀਨਾ ਚੜ੍ਹ ਗਿਆ, ਤਾਂ ਹਲੇ ਫਰਵਰੀ, ਅੱਜ ਫਰਵਰੀ ਵੀ ਖਤਮ ਹੋਣ ਵਾਲਾ ਲਾਸਟ, ਕੱਲ੍ਹ ਮਾਰਚ ਮਹੀਨਾ ਚੜ੍ਹ ਜਾਣਾ। ਅਤੇ ਮੈਂ ਇਸ ਤੋਂ ਪਹਿਲੇ ਵੀਡੀਓ ਪਾਈਆਂ ਸੀ ਜਦੋਂ ਹੈਗੇ ਸੀ ਨਾ, ਮੈਂ ਬੜਾ ਮੀਨਿੰਗ ਢੋਲ ਵਜਾ ਵਜਾ ਕੇ ਇਸੇ ਕਰਕੇ ਵੀਡੀਓ ਪਾਈਆਂ ਸੀ। ਮੈਨੂੰ ਪਤਾ ਸੀ ਵੀ ਕਈ ਕਿਸਾਨ ਵੀਰਾਂ ਨੇ ਨਾ ਬਾਅਦ 'ਚ ਕਹਿਣਾ। ਮੈਨੂੰ ਪਤਾ ਸੀ ਬਾਅਦ 'ਚ ਕਈ ਕਿਸਾਨ ਵੀਰਾਂ ਨੇ ਕਹਿਣਾ ਜਦੋਂ ਬੰਦ ਹੋ ਗਏ ਨਾ ਬਿਲਕੁਲ ਮਿਲਣੇ, ਵੀ ਬਾਈ ਜੀ ਕੋਈ ਪੁਰਾਣਾ ਹੈਗਾ ਤਾਂ ਦਵਾ ਦਿਉ, ਪੁਰਾਣਾ ਮੀਨਿੰਗ ਨਵਾਂ ਪੁਰਾਣੀ ਸ਼ੋਅ 'ਚ ਕੋਈ ਹੈਗਾ ਤਾਂ ਦਵਾ ਦਿਉ, ਕਿਤੇ ਵੀ ਚਾਹੇ ਕੋਈ ਮਾਸਾ ਮਹਿੰਗਾ ਮਿਲ ਜਾਵੇ, ਕੋਈ ਚੱਕਰ ਨਹੀਂ, ਜਿਨ੍ਹਾਂ ਨੂੰ ਇਹੋ ਸ਼ੋਅ ਪਸੰਦ ਸੀ। ਲੇਕਿਨ ਉਦੋਂ ਨਾ ਉਦੋਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਕਈ ਕਿਸਾਨ ਵੀਰਾਂ ਨੇ, ਮੈਂ ਦੇਖਿਆ ਸੀ ਵੀਡੀਓ, ਮੈਂ ਤਾਂ ਹੀ ਪਾਈਆਂ ਸੀ, ਉਹ ਬਿਲਕੁਲ ਉੱਥੇ ਪਰਫੈਕਟ ਟਾਈਮ ਸੀ ਜਦੋਂ ਮੈਂ ਵੀਡੀਓ ਪਾਈਆਂ ਨਾ, ਉਦੋਂ ਹਰ ਏਜੰਸੀਆਂ 'ਚ ਕਿਤੇ ਦੋ ਦੋ ਚਾਰ ਚਾਰ ਪੀਸ ਖੜ੍ਹੇ ਸੀ, ਕਈਆਂ 'ਚ ਜ਼ਿਆਦਾ ਵੀ ਹੈਗੇ ਸੀ, ਅਤੇ ਜਿਹੜੇ ਤਾਂ ਕੋਈ ਉਹੋ ਜਿਹੇ ਸਿਆਣੇ ਸੀ, ਸਿਆਣੇ ਕਹਿ ਲਓ ਜਾਂ ਜਿਨ੍ਹਾਂ ਨੂੰ ਬਾਕੀ ਵੀਡੀਓ ਪਤਾ ਚੱਲ ਗਿਆ, ਹੋ ਸਕਦਾ ਕਈਆਂ ਤੱਕ ਵੀਡੀਓ ਹੀ ਨਾ ਪਹੁੰਚੀ ਹੋਏ ਆਪਣੀ, ਉਹਨਾਂ ਨੇ ਕਈਆਂ ਨੇ ਮੌਕਾ ਸਾਂਭ ਵੀ ਲਿਆ ਸੀ, ਕਹਿ ਲਓ ਵੀ ਜਿੱਦਾਂ ਮੌਕਾ ਸਾਂਭਣਾ ਹੁੰਦਾ ਸਾਂਭ ਕੇ ਉਹਨਾਂ ਖਰੀਦ ਲਏ ਸੀ ਆਹ ਵਾਲੇ, ਕਈਆਂ ਨੇ XT ਖਰੀਦ ਲਿਆ ਪੁਰਾਣੀ ਸ਼ੋਅ 'ਚ, ਕਈਆਂ ਨੇ 855, ਅਤੇ ਜਿਨ੍ਹਾਂ ਨੂੰ ਨਹੀਂ ਪਤਾ ਚੱਲਿਆ ਨਾ, ਕਈਆਂ ਨੂੰ ਹੁਣ ਪਤਾ ਚੱਲਣ ਡਿਆ, ਉਹ ਲੈਣ ਜਾਣ ਡਿਆ ਵੀ ਇਹ ਤਾਂ ਬੰਦ ਹੋ ਗਏ ਦੇ, ਉਹ ਨਵੀਂ ਜਿਹੀ ਸ਼ੋਅ ਆ ਗਈ, ਤਾਂ ਉਹ ਕਈਆਂ ਨੂੰ ਪਸੰਦ ਨਹੀਂ ਆਉਣ ਦੀ, ਕਈਆਂ ਨੂੰ ਆਉਣ ਵੀ ਡਈ ਆ ਆਪਣੀ ਆਪਣੀ ਪਸੰਦ ਆ ਉਹ। ਤਾਂ ਫਿਰ ਕਾਫੀ ਕਿਸਾਨ ਵੀਰ ਆਉਂਦੇ ਨਾ, ਮੈਨੂੰ ਫੋਨ ਆਉਂਦੇ ਰਹਿੰਦੇ ਆ ਕਿ ਬਾਈ ਜੀ ਕੋਈ ਹੈਗਾ ਤਾਂ ਦਵਾ ਦਿਉ ਯਾਰ, ਹੈਗਾ ਤਾਂ ਦਵਾ ਦਿਉ। ਅਤੇ ਹੁਣ ਤੁਹਾਨੂੰ ਕਿਸਾਨ ਵੀਰੋ ਦੱਸਾਂ ਨਾ, 100 ਚੋਂ 100% ਹੀ ਲਾ ਲਓ ਤੁਸੀਂ, ਵੀ ਹੁਣ ਨਹੀਂ ਤੁਹਾਨੂੰ ਮਿਲਣੇ ਆ ਵਾਲੇ ਮਾਡਲ ਆ ਜਿਹੜੇ ਹੁਣ ਚੱਲਦਾ ਸੈਕਿੰਡ ਹੈਂਡ, ਕਿਸੇ ਕੋਲ ਲੈਣਾ ਤਾਂ ਲੈ ਲਓ, ਉੱਦਾਂ ਨਵਾਂ ਤੁਹਾਨੂੰ ਦੂਜਾ ਹੀ ਖਰੀਦਣਾ ਪੈਣਾ ਨਵੀਂ ਸ਼ੋਅ ਵਾਲਾ, ਠੀਕ ਹੈ ਜੀ। ਅਤੇ ਇਹ ਹੁੰਦਾ ਮੌਕੇ ਮੌਕੇ ਦੀ ਗੱਲ ਹੁੰਦੀ ਹੈ, ਟਾਈਮ ਟਾਈਮ ਦੀ ਗੱਲ ਹੁੰਦੀ ਆ, ਪਿਛਲੇ ਟਾਈਮ ਠੀਕ ਹੁੰਦਾ ਤਾਂ ਮਿਲ ਜਾਂਦਾ, ਕਿਸੇ ਨਹੀਂ ਮਿਲਦਾ। ਫੇਰਾ ਦੇਖ ਲਓ ਕਿੰਨਾ ਜਾਣ ਡਿਆ, 5 ਦਾ ਇਹੀ ਫਾਇਦਾ, ਮੈਨੂੰ ਚੰਗੀ ਦੀ ਚੌੜਾਈ ਜਿੰਨੀ ਟਰੈਕਟਰ ਦੀ ਚੌੜਾਈ ਹੈ ਜਿੰਨੀ ਕੁ ਮੇਰੇ ਖਿਆਲ, ਉਨਾ ਚੌੜਾ ਹੀ ਫੇਰਾ ਇਹ ਜਾਣ ਡਿਆ। ਪਹਿਲੇ ਹਾਈ 'ਚ ਚੱਲੇਦਾ ਟਰੈਕਟਰ ਨਾ,
14 ਦੇ ਟਾਇਰਾਂ ਵਾਲਾ ਦੋ ਆਉਂਦੇ ਆ ਇਹਦੇ 'ਚ, ਇੱਕ 14 'ਚ ਇੱਕ 16 'ਚ, ਜਿਹੜਾ ਤੁਸੀਂ ਲੈਣਾ ਲੈ ਸਕਦੇ ਹੋ। ਅਤੇ ਐਗਟੀ ਸਿਸਟਮ ਪਤਾ ਕੀ ਹੋਇਆ, ਇਹ ਚੱਲਦੀ ਪਿਆ ਇਸ ਲਈ ਕੰਮ, ਗੰਨੇ ਦੀ ਖੇਤੀ ਕਹਿ ਲਓ ਤੁਸੀਂ, ਜਿੱਦਾਂ ਸ਼ੂਗਰ ਕੇਨ ਦੀ, ਗੰਨਾ ਵੱਢ ਕੇ ਅਤੇ ਗੰਨਾ ਹੀ ਇੱਥੇ ਲੱਗਣਾ। ਹੁਣ ਮਹੀਨਾ ਮਾਰਚ ਆ ਗਿਆ ਅਤੇ ਮਾਰਚ 'ਚ ਪੂਰੇ ਜ਼ੋਰਾਂ 'ਚ ਕੰਮ ਜਿਹੜਾ ਗੰਨਾ ਲਾਉਣਾ ਆ ਉਹ ਮਾਰਚ ਮਹੀਨੇ 'ਚ ਹੀ ਲੱਗਦਾ। ਅਤੇ ਸਿਸਟਮ ਇੱਦਾਂ ਕਿਸਾਨ ਵੀਰੋ, ਐਗਤੀ ਨਾ ਐਗਤੀ ਲਾ ਲਓ ਜਾਂ ਇਸ ਤੋਂ ਪਿੱਛੇ ਚੱਲ ਜਾਓ ਇੱਕ ਦੋ ਸਾਲ, ਜਿਹੜੀ ਗੰਨੇ ਦੀ ਵਰਾਇਟੀ ਲੱਗਦੀ ਆ ਨਾ 38038, ਇਹਨੂੰ ਕਿਸਾਨ ਵੀਰੋ ਬਿਮਾਰੀ ਆ ਨਾ ਜਿਹੜੀ ਰੈੱਡ ਰਾਟ ਕਹਿ ਦਿੰਦੇ ਆ ਜਿਹਨੂੰ, ਉਹ ਚੰਗੀ ਬਿਮਾਰੀ, ਮੀਨਿੰਗ ਕਈਆਂ ਏਰੀਆਂ 'ਚ 2 ਸਾਲ ਪਹਿਲੇ ਪੈ ਗਈ, ਕਈਆਂ 'ਚ ਹੁਣ ਪਈ ਆ ਅਤੇ ਪੈਂਦੀ ਉੱਥੇ ਆ। ਬਾਈ ਨੇ ਦੱਸਿਆ ਮੈਨੂੰ ਜਿੱਥੇ ਪਾਣੀ ਦੀ ਜ਼ਿਆਦਾ ਮਾਰ ਹੋ ਜਾਏ ਨਾ ਉੱਥੇ ਜ਼ਿਆਦਾ ਪੈ ਜਾਂਦੀ ਆ ਰੈੱਡ ਰਾਟ। ਅਤੇ ਇਹ ਜਿੱਦਾਂ ਇਹ ਉਹ ਖੇਤ ਲੱਭਣ ਡਿਆ ਨਾ ਜਿਹੜੇ ਸਾਰੇ ਦੂਰ ਤੱਕ ਜਿੰਨੇ ਬਾਏ ਦੇ ਆ, ਸੋਲਰ ਤੱਕ, ਇੱਧਰੋਂ ਸੜਕ ਤੱਕ, ਇੱਧਰੋਂ ਸਾਹਮਣੇ ਅਤੇ ਇੱਧਰੋਂ ਜਿੱਥੇ ਆਪਾਂ ਖੜ੍ਹੇ ਹਾਂ, ਇਹ ਦੇਖ ਲਓ ਘੁਮਾ ਕੇ ਦੱਸਤਾ ਤੁਹਾਨੂੰ 360° ਕੈਮਰਾ। ਇਹ ਸਾਰੇ ਬਾਈ ਗੰਨਾ ਹੀ ਲਾਉਂਦੇ ਸੀ ਅਤੇ ਐਗਤੀ ਅਜੇ ਫਰਵਰੀ ਇਹ ਮਹੀਨਾ ਹੈ, 29 ਫਰਵਰੀ ਅੱਜ ਲਾਸਟ, ਅਤੇ ਕੱਲ੍ਹ ਤੋਂ ਮਾਰਚ ਸਟਾਰਟ ਹੋ ਜਾਂਦਾ, 1 ਮਾਰਚ ਆ ਕੱਲ੍ਹ। ਅਤੇ ਬਾਈ ਦਾ ਜਿਹੜਾ ਗੰਨਾ ਆ ਮੇਰੇ ਖਿਆਲ ਨਾਲ ਅੱਗੇ ਵੀ ਜਿੱਦਾਂ ਅਸੀਂ ਦੇਖਣੇ ਆ ਮਾਰਚ ਤੋਂ ਵੀ ਅਪ੍ਰੈਲ ਤੱਕ ਚੱਲਦਾ ਰਿਹਾ ਗੰਨਾ, ਮੀਨਿੰਗ ਜਿਹੜਾ ਮੇਲੇ 'ਚ ਲੀਂਦੇ ਰਹੇ ਇੱਥੋਂ ਖੇਤਾਂ 'ਚੋਂ ਵੱਢ ਵੱਢ ਕੇ, ਕਿਉਂਕਿ ਉਦੋਂ ਗੰਨਾ ਠੀਕ ਹੁੰਦਾ ਸੀ, ਵਧੀਆ ਲੱਗੇ ਦਾ ਹੁੰਦਾ ਸੀ। ਅਤੇ ਐਗਤੀ ਜਿੱਦਾਂ ਪਹਿਲੇ ਵੀ ਕਈ ਵਾਰੀ ਗੱਲ ਹੋਈ ਸੀ ਅਤੇ ਬਾਈ ਨੇ ਦੱਸਿਆ ਸੀ ਵੀ ਐਗਤੀ ਨਾ ਥੋੜ੍ਹੀ ਬਿਮਾਰੀ ਪੈ ਗਈ ਆ ਗੰਨੇ ਨੂੰ, ਅਤੇ ਉਹਦੇ 'ਚ ਅਸਲੀ ਪਤਾ ਨਹੀਂ ਚੱਲਦਾ ਰਿਹਾ ਵੀ ਕਿੰਨੀ ਕੁ, ਕਿਉਂਕਿ ਬਾਹਰੋਂ ਜ਼ਿਲ੍ਹੇ ਰੋਡ ਤੋਂ ਲੰਘਣਾ ਨਾ ਤਾਂ ਉਹ ਬਾਹਰੋਂ ਹੀ ਲੱਭਣਾ, ਥੋੜ੍ਹਾ ਅੰਦਰੋਂ ਪਤਾ ਨਹੀਂ ਚੱਲਦਾ ਜਿੰਨਾ ਚਿਰ ਖੇਤ 'ਚ ਵੜ ਕੇ ਨਾ ਦੇਖੋ ਵੀ ਕੀ ਹਾਲਾਤ ਆ ਅੰਦਰ ਫਸਲ ਦੇ। ਅਤੇ ਮੈਂ ਉਹੀ ਅੱਜ ਬਾਈ ਚਲਾਉਂਦਾ ਪਿਆ ਸੀ ਪਲਾਓ ਅਤੇ ਮੈਂ ਆਇਆ, ਮੈਂ ਚਲੋ ਵੀਡੀਓ ਬਣਾਉਂਦੇ ਹਾਂ। ਅਤੇ ਗੱਲਬਾਤ ਹੋਈ ਵੀ ਐਗਤੀ ਫਰਵਰੀ ਮਹੀਨੇ 'ਚ ਹੀ ਖਤਮ ਹੋ ਗਿਆ ਮੀਨਿੰਗ ਕਮਾਦ, ਅੱਜ 29 ਫਰਵਰੀ ਆ ਅਤੇ ਮੇਰੇ ਖਿਆਲ ਨਾਲ ਕੋਈ 10 ਦਿਨ ਹੋ ਗਿਆ, 10 ਤੋਂ ਵੀ ਜ਼ਿਆਦਾ, 10-15 ਦਿਨ ਹੋ ਗਿਆ ਹੈ ਫਰਵਰੀ ਦੇ ਸਟਾਰਟ 'ਚ ਹੀ ਖਤਮ ਹੋ ਗਏ ਦਾ ਗੰਨਾ ਮੀਨਿੰਗ, ਬਾਹ ਬੂ ਛੜੀ ਦੀਆਂ ਪੈਲੀਆਂ। ਅਤੇ ਮੈਂ ਭਾਈ ਇਹ ਕੀ ਚੱਕਰ ਬਣਿਆ ਐਗਤੀ ਇੰਨੀ ਛੇਤੀ ਕਿੱਦਾਂ ਗੰਨਾ ਮੀਨਿੰਗ ਅੱਗੇ ਤਾਂ ਕਾਫੀ ਟਾਈਮ। ਅਤੇ ਉਹੀ ਜਿਹੜੀ ਬਾਈ ਕਹਿੰਦਾ ਗੱਲ ਕੀਤੀ ਸੀ ਨਾ ਵੀ ਬਿਮਾਰੀ ਸੀ ਜਿਹੜੀ, ਇੱਕ ਤਾਂ ਬਾਰਿਸ਼ਾਂ ਜ਼ਿਆਦਾ ਹੋਣ ਕਾਰਨ ਪੈਲੀ ਥੋੜ੍ਹੀ ਇੱਦਾਂ ਨਹੀਂ, ਇੱਥੇ ਪਾਣੀ ਵੀ ਖੜੋ ਜਾਂਦਾ ਵਿੱਚ, ਅਤੇ ਜਿੱਥੇ ਜਿੱਥੇ ਪਾਣੀ ਖੜੋ ਗਿਆ ਸੀ ਨਾ ਉੱਥੇ ਰੈੱਡ ਰਾਟ ਇੰਨੀ ਕੁ ਪੈ ਗਈ ਸੀ, ਖਤਮ ਹੀ ਹੋ ਗਿਆ ਸੀ ਗੰਨਾ ਲਗਭਗ। ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜਾ ਗੰਨਾ ਅਪ੍ਰੈਲ ਤੱਕ ਚੱਲਦਾ ਉਹ ਫਰਵਰੀ ਦੇ ਸ਼ੁਰੂ 'ਚ ਹੀ ਖਤਮ ਹੋ ਗਿਆ, ਮੀਨਿੰਗ ਜਿੰਨਾ ਵੀ ਖੇਤ ਹੈ ਦਿਖਾਇਆ, ਅਤੇ ਉਹ ਕਿੰਨੇ ਕੁ ਮਾੜੇ ਹਾਲਾਤ ਹੋਣਗੇ ਫਸਲ ਦੇ। ਅਤੇ ਤਾਂ ਇਹੋ ਹੀ ਆ ਵੀ ਇਹ ਜਿਹੜੀ 38 ਵਰਾਇਟੀ ਆ ਇਹ, ਬਾਕੀ ਕਿਸਾਨ ਵੀਰ ਕਹਿੰਦੇ ਸੀ ਪਹਿਲੇ ਵੀ 2 ਸਾਲ ਵੀ ਬਿਮਾਰੀ ਪਈ ਆ ਇਹਨੂੰ ਬੜੀ, ਅਤੇ ਸਾਡੇ ਏਰੀਏ 'ਚ ਬਚਾ ਹੀ ਥੋੜ੍ਹਾ, ਅਤੇ ਐਗਤੀ ਇੱਧਰ ਵੀ ਕਿਸਾਨ ਵੀਰੋਂ ਪੈ ਗਈ ਆ। ਹੋਰ ਵੀ 1-2 ਕਿਸਾਨ ਮੇਰੀ ਗੱਲ ਹੋਈ ਹੈ ਜਿਹੜੇ ਕਹਿੰਦੇ ਪਈ ਆ ਬਿਮਾਰੀ, ਅਤੇ ਜਿੱਥੇ ਪਾਣੀ ਦਾ ਥੋੜ੍ਹਾ ਅਸਰ ਜ਼ਿਆਦਾ ਸੀ ਉੱਥੇ ਜ਼ਿਆਦਾ ਪੈ ਗਈ ਆ। ਅਤੇ ਤੁਸੀਂ ਸੋਚ ਵਿਚਾਰ ਕੇ ਨਾ ਹੁਣ 38 ਮੇਰੇ ਖਿਆਲ ਨਾਲ ਲੋਕਾਂ ਬੰਦ ਕਰ ਦੇਣਾ ਲਾਉਣਾ, ਹੁਣ ਨਵੇਂ ਤੋਂ ਨਵੇਂ ਬੀਜ ਆ ਜਿਹੜੇ ਉਹ ਲਾਉਣੇ ਚਾਹੀਦੇ ਆ, ਅਤੇ ਬੀਜ ਚੇਂਜ ਵੀ ਕਰਦੇ ਰਹਿਣਾ ਚਾਹੀਦਾ, 5-4 ਸਾਲ ਲਾਓ ਅਤੇ ਨਾਲ ਹੀ ਬੀਜ ਚੇਂਜ ਕਰ ਦਿਓ ਕੋਈ ਨਾ ਕੋਈ, ਕਿਉਂਕਿ ਹਰ ਸਾਲ ਤਾਂ ਨਵਾਂ ਆ ਜਾਂਦਾ ਬੀਜ ਕੋਈ ਨਾ ਕੋਈ। ਅਤੇ ਹੁਣ ਦੇਖੋ ਕਿਹੜਾ ਬੀਜ ਇੱਥੇ ਲੱਗਦਾ ਆ, ਜਿਹੜਾ ਵੀ ਬੀਜ ਅੱਗੇ ਲਾਉਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਬਾਕੀ ਸਿਸਟਮ ਇੱਦਾਂ ਆ, ਕਿਸਾਨ ਆ ਨਾ ਕਿਸਾਨੀ ਦਾ ਕੰਮ ਇੱਦਾਂ ਦਾ ਹੀ ਆ ਕਿਸਾਨ ਵੀਰੋ, ਯੂਏ ਵਾਲਾ ਸਿਸਟਮ ਹੈ, ਪੈਸੇ ਖਿਲਾਰ ਦਿਓ ਪਹਿਲੇ 1 ਲੱਖ ਰੁਪਈਏ ਖੇਤਾਂ 'ਚ, ਅਤੇ ਬਾਅਦ 'ਚ ਪਤਾ ਨਹੀਂ ਇਕੱਠੇ ਹੋਣੇ ਆ ਉਹ ਕਿ ਨਹੀਂ ਹੋਣੇ, ਇਹ ਕਹਿੰਦੇ ਆ ਨਾ ਵੀ ਇੰਨੇ ਲਾ ਕੇ ਤੇ ਇੰਨੇ ਬਣ ਜਾਣੇ ਆ, ਉਹ ਜਿੰਨੇ ਲਾਏ ਆ ਨਾ ਉਹ ਵੀ ਪਤਾ ਨਹੀਂ ਤੁਹਾਡੇ ਵਾਪਸ ਆ ਰਹੇ ਆ ਕਿ ਨਹੀਂ, ਇਹ ਸਾਰਾ ਕੁਦਰਤ ਅਤੇ ਰੱਬ ਦੇ ਕਹਿ ਲਓ ਵੀ ਟੋਟਲੀ ਡਿਪੈਂਡ ਹੈ ਜਿਹੜੀ ਖੇਤੀ ਦਾ ਸਿਸਟਮ ਹੈ। ਕੋਈ ਵੀ ਲਾ ਲਓ ਤੁਸੀਂ ਦੁਕਾਨਦਾਰ ਆ ਜਾਂ ਕੋਈ ਵੀ ਕਾਰੋਬਾਰੀ ਆ, ਆਪਣੇ ਕਾਰੋਬਾਰ ਕਰਦੇ ਆ, ਜਿੱਦਾਂ ਕੋਈ ਵੀ ਇੱਕ 54 ਦੀ ਵੀ ਚੀਜ਼ ਬਾਹਰ ਖੁੱਲ੍ਹੇ 'ਚ ਛੱਡ ਕੇ ਨਹੀਂ ਮੀਨਿੰਗ ਆਪਣੀ ਰੱਖਦਾ, ਜਿਲ੍ਹੇ ਜੇ ਦੁਕਾਨਦਾਰ ਆ ਤਾਂ ਆਪਣੇ ਨਿੱਕੀ ਤੋਂ ਨਿੱਕੀ ਚੀਜ਼ ਵੀ ਦੁਕਾਨ ਬੰਦ ਕੀਤੀ ਅੰਦਰ ਸਭ ਕੁਛ, ਅਤੇ ਨਾ ਕੋਈ ਕਿਸੇ ਨੂੰ 54 ਦੀ ਚੀਜ਼ ਦਾ ਫ੍ਰੀ 'ਚ ਲੈਣ ਦਿੰਦਾ ਵੀ ਲੈ ਲਓ ਜਾਂ ਇੱਥੇ, ਇਹ ਜ਼ਿਮੀਦਾਰ ਦਾ ਏਡਾ ਜਿਗਰਾ ਜਾਂ ਦਿਲ ਆ, 1,00,000 ਕਰੋੜਾਂ ਰੁਪਇਆਂ ਦੀਆਂ ਫਸਲਾਂ ਖੁੱਲ੍ਹੇ ਆਸਮਾਨ 'ਚ, ਵਰਖਾ 'ਚ ਹਰ ਚੀਜ਼ ਮੀਨਿੰਗ ਝੜੀ 'ਚ ਖਰਾਬ ਵੀ ਹੋ ਜਾਂਦੀ ਆ, ਤੁਹਾਨੂੰ ਪਤਾ ਕਈ ਵਾਰੀ ਰਹਿ ਜਾਂਦੀ ਆ, ਠੀਕ ਹੈ ਜੀ।
ਅਤੇ ਫਿਰ ਵੀ ਕੋਈ ਇੱਧਰੋਂ ਨੁਕਸਾਨ ਕਰਨ ਡਿਆ ਕੋਈ ਉੱਧਰੋਂ, ਅਤੇ ਜ਼ਿਮੀਦਾਰ ਨੂੰ ਨਹੀਂ ਉਨਾ ਵਜਾਉਂਦਾ ਕਿਉਂਕਿ ਪਤਾ ਕੁਦਰਤ ਦਾ ਕੰਮ ਹੈ, ਕੋਈ ਗੱਲ ਨਹੀਂ। ਪਰ ਜਦੋਂ ਇੰਨੀ ਵੱਡੀ ਮਾਰ ਪੈਂਦੀ ਹੈ ਨਾ ਕਿਸਾਨ ਵੀਰੋ ਕਿਸੇ ਨੂੰ ਵੀ, ਜਿੱਦਾਂ ਵੀ ਇੰਨਾ ਨੁਕਸਾਨ ਹੋ ਜਾਂਦਾ, ਜਿੱਦਾਂ ਕਈਆਂ ਨੇ ਪਿਛਲੇ ਤੁਹਾਨੂੰ ਪਤਾ ਇੱਕ ਦੋ ਸਾਲ ਪਹਿਲੇ ਜਿਹੜੇ ਝੋਨਾ ਲੱਗੇਦਾ ਸੀ, ਝੋਨੇ ਦੀ ਵਰਾਇਟੀ ਸੀ ਜਿਹੜੀ, ਉਹਨੂੰ ਵੀ ਚੰਗੀ ਬਿਮਾਰੀ ਪਈ ਸੀ। ਉਦੋਂ ਸਾਡਾ ਵੀ ਥੋੜ੍ਹਾ ਆਇਆ ਸੀ ਚਪੇੜ 'ਚ ਝੋਨਾ, ਅਤੇ ਉਦੋਂ ਵੀ ਬੜਾ ਨੁਕਸਾਨ ਹੋਇਆ ਸੀ ਜਿਨ੍ਹਾਂ ਨੇ ਝੋਨਾ ਲਾਏ ਦਾ ਸੀ। ਅਤੇ ਕਹਿ ਲਓ ਵੀ ਤੁਸੀਂ ਕੁਦਰਤ 'ਤੇ ਹੀ ਆਏ, ਜੇ ਤਾਂ ਮੌਸਮ ਸਭ ਕੁਛ ਠੀਕ ਰਹਿ ਗਿਆ ਤਾਂ ਫਸਲ ਠੀਕ ਹੋ ਜਾਣੀ ਹੈ, ਅਤੇ ਜੇ ਨਹੀਂ ਵਾਤਾਵਰਨ ਥੋੜ੍ਹਾ ਠੀਕ ਜਾਂ ਕੁਛ, ਤਾਂ ਫਿਰ ਰੱਬ ਆਸਰੇ ਹੀ ਹੈ ਕੰਮ। ਬਾਕੀ ਖੇਤੀ ਆ, ਫਿਰ ਖੇਤੀ ਦਾ ਤਾਂ ਇੱਦਾਂ ਹੀ ਆ ਕਿਸਾਨ ਵੀਰੋ। ਰਿਸਕਾ ਨਾਲ ਹੀ ਆ, ਅਤੇ ਬਾਕੀ ਇਹ ਹੁਣ ਠੀਕ ਆ, ਫਿਰਨ ਡਿਆ ਪਲਾਓ ਵਗੈਰਾ ਦਿਖਾ ਤਾ, ਇਹੋ ਗੱਲਬਾਤ ਸੀ ਵੀਡੀਓ 'ਚ। ਅਤੇ ਬਾਕੀ ਮੈਂ ਫਿਰ ਕਹਿ ਦਿੰਦਾ ਵੀ ਜਿਹੜੀ ਗੱਲ ਕੀਤੀ ਸੀ ਸ਼ੁਰੂ 'ਚ, ਪੁਰਾਣੇ ਮਾਡਲ ਨਹੀਂ ਮਿਲਣੇ ਹੁਣ ਇਹ ਵਾਲੀ ਸ਼ੋਅ ਵਾਲੇ ਤੁਹਾਨੂੰ, ਹੁਣ ਜੇ ਕਿਸੇ ਨੇ ਲੈਣੇ ਆ ਤਾਂ ਨਵੀਂ ਸ਼ੋਅ ਵਾਲੇ ਲੈ ਲਿਓ, ਟਰੈਕਟਰ ਉਹ ਵੀ ਨਹੀਂ ਮਾੜੇ। ਮਾੜੇ ਦਾ ਮੀਨਿੰਗ ਵੀ ਜੇ ਸ਼ੋਅ ਜਿਹਾ ਕਿਸੇ ਨੂੰ ਪਸੰਦ ਨਹੀਂ ਪਸੰਦ, ਇੰਜਨ ਆ ਜਿਹੜਾ ਇਹਦੇ ਨਾਲੋਂ ਬਿਹਤਰ ਹੀ ਕੀਤਾ, ਸੁਧਾਰ ਹੀ ਕੀਤਾ ਕੰਪਨੀ ਨੇ, ਤਾਂ ਵਿਕਦੇ ਵੀ ਪਏ ਆ ਇਹ ਨਹੀਂ ਕੋਈ ਗੱਲ। ਉਹ ਪਸੰਦ ਆਪਣੀ ਆਪਣੀ ਹੈ, ਕਈਆਂ ਨੂੰ ਨਹੀਂ ਪਸੰਦ। ਇਹ 3307 ਵਾਲਾ ਉਹ 3478 ਕਰਤਾ, ਇਹਦਾ ਜਿਹੜੇ ਪੰਪ ਹੈ ਡੀਜ਼ਲ ਪੰਪ, ਉਹਦੇ ਜੇ ਤੁਹਾਨੂੰ ਅਲੱਗ ਤੋਂ ਤੇਲ ਪਾਉਣੇ ਪੈਂਦਾ ਓਇਲ, ਇੰਜਨ ਨਾਲ ਨਹੀਂ ਆ ਸਿਸਟਮ ਤੋਂ, ਜੇ ਨਵਾਂ ਆ ਉਹ ਉੱਧਰੋਂ ਪੈਪ ਦੇ ਕੇ ਡਾਇਰੈਕਟ ਕੰਮ ਹੀ ਮੁਕਾਤਾ, ਟੈਂਸ਼ਨ ਫਰੀ ਕਰਤਾ, ਠੀਕ ਹੈ ਜੀ। ਅਤੇ ਬਾਕੀ ਦੇਖ ਲਓ ਤੁਸੀਂ ਮੀਟਰ ਮੂਟਰ ਵੀ ਉੱਚ ਥੋੜ੍ਹਾ ਚੇਂਜ ਆ ਡਿਜ਼ਾਇਨ ਜਿੱਦਾਂ, ਅਤੇ ਜੇ ਉਹ ਜਿਨ੍ਹਾਂ ਨੇ ਲੈਣੇ ਆ ਕਈ ਉਹ ਵੀ ਲਈ ਜਾਣ ਦੇ, ਵਧੀਆ ਥੋੜ੍ਹੀ ਆਵਾਜ਼ ਵੀ ਕੰਟਰੋਲ ਹੋ ਗਈ ਆ, ਜਿੱਦਾਂ ਇਹਦੀ ਆਵਾਜ਼ ਚੈੱਕ ਕਰਿਓ ਹੈ ਵਧੀਆ, ਇਹਦੀ ਆਵਾਜ਼ ਤਗੜੀ ਲੱਗਦੀ ਆ। ਪਰ ਕਈਆਂ ਦੀ ਸ਼ਿਕਾਇਤ ਸੀ ਵੀ ਆਵਾਜ਼ ਜ਼ਿਆਦਾ, ਅਤੇ ਉਹ ਵੀ ਆਵਾਜ਼ ਕੰਟਰੋਲ ਹੋ ਗਈ ਦੀ ਆ ਨਵੇਂ 'ਚ ਨਾ।